ਕ੍ਰੀਮੀ ਮਿਸ਼ਨ ਮਕੇਰੀਆਂ ਦੀ ਸਾਰੀ ਟੀਮ ਨੇ ਅੱਜ ਇੱਥੇ ਅਹੁਦਾ ਕਰਨ ਕਰਵਾਇਆ। ਡਿਪਟੀ ਸਾਹਿਬ ਸਾਡੇ ਆਏ ਆ, SMO ਸਾਹਿਬ ਆਏ ਆ, ਹੋਰ ਸਾਰੇ ਪਤਵੰਤੇ ਮਕੇਰੀਆਂ ਦੇ ਇੱਥੇ ਆਏ ਆ। ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵੈਸੇ ਤਾਂ ਜੋ ਪਹਿਲਾਂ ਕਰ ਰਹੇ ਨੇ ਉਹ ਵੀ ਬਹੁਤ ਵੱਡੀ ਚੀਜ਼ ਹੈ, ਲੇਕਿਨ ਹੁਣ ਉੱਥੋਂ ਦੀ ਬੂਟੇ ਲਗਾ ਰਹੇ ਨੇ, ਉਸ ਤੋਂ ਵੀ ਵੱਡਾ ਕੰਮ ਕਰ ਰਹੇ ਨੇ, ਕਿਉਂਕਿ ਜਿੰਨੇ ਆਪਾਂ ਵੱਧ ਬੂਟੇ ਲਾਵਾਂਗੇ ਆਪਾਂ ਨੂੰ ਪਤਾ ਉਨਾ ਹੀ ਆਪਾਂ ਵਧੀਆ ਜੀਵਨ ਆਪਾਂ ਨੂੰ ਬਤੀਤ ਕਰਨ 'ਚ ਬੂਟੇ ਆਪਾਂ ਦੀ ਮਦਦ ਕਰਦੇ ਨੇ। ਸੋ ਬਹੁਤ ਹੀ ਪ੍ਰਸ਼ੰਸਾਯੋਗ ਇਹਨਾਂ ਨੇ ਕੰਮ ਸ਼ੁਰੂ ਕਰਿਆ। ਮੈਨੂੰ ਉਹਨਾਂ ਨੇ ਬੁਲਾਇਆ ਸੀ, ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਕਿ ਮੇਰੇ ਹੱਥੋਂ ਵੀ ਇੱਕ ਬੂਟਾ ਇੱਥੇ ਲੱਗ ਗਿਆ। ਹਾਂਜੀ, ਇਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ, ਜਿਹੜੇ ਮੁੰਡੇ ਕੀ ਕਹਿੰਦੇ ਉੱਥੇ ਘੁੰਮਦੇ ਆਵਾਰਾ ਘੁੰਮਦੇ ਆ, ਉਹ ਇੱਥੇ ਆ ਕੇ ਆਪਣਾ ਕੀ ਕਹਿੰਦੇ ਯੋਗਾ ਕਰਦੇ ਅਤੇ ਕਸਰਤ ਕਰਦੇ, ਜਿਹਨਾਂ ਨਸ਼ੇ ਤੋਂ ਦੂਰ ਰਹਿਣ। ਹਾਂਜੀ, ਕੀ ਕਹਿਣਾ ਚਾਹੁੰਦੇ ਸੰਸਥਾ? ਬਹੁਤ ਵੱਡੀ ਗੱਲ, ਮੈਂ ਪਹਿਲਾਂ ਕਹਿ ਹਟਿਆ ਐਡੀ ਵੱਡੀ ਗਰਾਊਂਡ ਜਿਹਦੇ ਉੱਥੇ ਲੰਘੀਦਾ, ਪਹਿਲਾਂ ਇੱਥੇ ਜੰਗਲ ਬਣਿਆ ਹੁੰਦਾ ਸੀ, ਹੁਣ ਵਧੀਆ ਗਰਾਊਂਡ ਹੈ, ਲੋਕ ਸਵੇਰੇ ਆਉਂਦੇ ਆ, ਸ਼ਾਮ ਨੂੰ ਆਉਂਦੇ, ਐਕਸਰਸਾਈਜ਼ ਕਰਦੇ, ਓਪਨ ਜਿਮ ਲੱਗਿਆ ਆ, ਸੜਕਾਂ ਬਣੀਆਂ, ਗਰਾਊਂਡਾਂ ਬਣੀਆਂ। ਇਸ ਤੋਂ ਵੱਡਾ ਉਪਰਾਲਾ ਮੈਂ ਸਮਝਦਾ ਕੋਈ ਨਹੀਂ ਹੋ ਸਕਦਾ। ਪੂਰੇ ਜਵਾਨੀ ਨੂੰ ਇਹ ਵਧੀਆ ਸੇਧ ਦੇ ਰਹੇ ਨੇ, ਜਿਹੜੇ ਮੁੰਡੇ ਨਸ਼ਿਆਂ 'ਚ ਜਾਂ ਹੋਰ ਪਾਸੇ ਗਿਲਤ ਸੀਗੇ, ਉਹ ਅੱਜ ਇੱਥੇ ਆ ਕੇ ਖੇਡ ਰਹੇ ਨੇ, ਆਪਣੇ ਸਰੀਰ ਨੂੰ ਸਾਂਭ ਰਹੇ ਨੇ, ਕਸਰਤ ਕਰ ਰਹੇ ਨੇ। ਨੌਜਵਾਨੀ ਨੂੰ ਸੰਭਾਲਣ ਵਿੱਚ ਇਹਨਾਂ ਦਾ ਬਹੁਤ ਵੱਡਾ, ਮਕੇਰੀਆਂ ਦੀ ਟੀਮ ਦਾ, ਗੁਪਤਾ ਜੀ ਤੋਂ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਆਪਣੇ ਇਲਾਕਾ ਨਿਵਾਸੀਆਂ ਨੂੰ? ਕੀ ਕਹਿੰਦੇ ਇਹ ਜਿਹੜੇ ਬੰਦੇ ਦਾ ਕੀ ਕਹਿੰਦੇ ਵੱਧ ਤੋਂ ਵੱਧ ਸਹਿਯੋਗ? ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ, ਜਿੱਦਾਂ ਵੀ ਕੋਈ ਫਾਈਨੈਂਸ਼ੀਅਲੀ ਕਰ ਸਕਦਾ, ਕੋਈ ਫਿਜ਼ੀਕਲੀ ਕਰ ਸਕਦਾ, ਜਿਸ ਵੀ ਤਰੀਕੇ ਨਾਲ ਇਹਨਾਂ ਨੂੰ ਆਪਾਂ ਸਹਿਯੋਗ ਕਰ ਸਕੀਏ ਆਪਾਂ ਨੂੰ ਕਰਨਾ ਚਾਹੀਦਾ। ਮੈਂ ਆਪਣੇ ਵੱਲੋਂ, ਸਾਡੀ ਆਮ ਆਦਮੀ ਪਾਰਟੀ ਸਰਕਾਰ ਉਹਦੇ ਵੱਲੋਂ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਇਹਨਾਂ ਨੂੰ ਕੋਈ ਵੀ ਸਾਡੇ ਨਾਲ ਕੰਮ ਹੋਵੇ, ਸਰਕਾਰੀ ਦਰਬਾਰੇ ਜਾਂ ਮੇਰੇ ਨਾਲ ਪਰਸਨਲ ਕੋਈ ਕੰਮ ਹੋਵੇ, ਮੈਂ ਹਮੇਸ਼ਾ ਇਹਨਾਂ ਲਈ ਹਾਜ਼ਰ ਹਾਂ। ਥੈਂਕ ਯੂ। ਹਾਂਜੀ, ਇੱਕ ਮਿੰਟ ਮੈਂ ਸੁਰਿੰਦਰ ਗੁਪਤਾ, ਪ੍ਰਧਾਨ MGM ਮਕੇਰੀਆਂ ਸਰਬੱਤ ਦਾ ਭਲਾ। ਸਾਡੇ ਵੱਲੋਂ ਇੱਕ ਸੋਚ ਸਮਝ ਕੇ ਉਪਰਾਲਾ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਸੋਚਿਆ ਵੀ ਲੋਕ ਬੱਚੇ ਜਿਹੜੇ ਆ ਅਵਾਰਾ ਘੁੰਮਦੇ ਆ, ਨਸ਼ੇ ਕਰਦੇ ਆ, ਖੇਲ ਮੈਦਾਨ ਕੋਈ ਨਹੀਂ, ਇੱਥੇ ਸੈਰ ਕਰਨੀ ਸੈਰਗਾਹ ਕੋਈ ਪ੍ਰੋਪਰ ਨਹੀਂ ਸੀਗੀ, ਸਰਕਾਰਾਂ ਕਈ ਲੰਘ ਗਈਆਂ। ਸਾਡੇ ਮਨ 'ਚ ਸਾਡੇ ਮਿਸ਼ਨ ਦੇ ਬੰਦੇ ਇਕੱਠੇ ਹੋ ਗਏ, ਅਸੀਂ ਇੱਕ ਉਪਰਾਲਾ ਕੀਤਾ ਵੀ ਇਹਨੂੰ ਗਰਾਊਂਡ ਨੂੰ 27 ਕਿੱਲੇ ਗਰਾਊਂਡ ਹੈ, ਜਿਹਨੂੰ ਅਸੀਂ ਮੇਨਟੇਨ ਕਰੀਏ ਔਰ ਲੋਕਾਂ ਨੂੰ ਵਧੀਆ ਸੁਵਿਧਾ ਦੇਈਏ, ਬੂਟੇ ਲਾਈਏ, ਫਲਦਾਰ ਬੂਟੇ ਲਾਈਏ, ਹਵਾਦਾਰ ਬੂਟੇ ਲਾਈਏ, ਜਿਹਦੇ ਨਾਲ ਸਾਨੂੰ ਐਡਮਿਨਿਸਟ੍ਰੇਸ਼ਨ ਦਾ ਵੀ ਸਹਿਯੋਗ ਮਿਲਿਆ, ਮੁਲਤਾਨੀ ਸਾਹਿਬ ਦਾ ਵੀ ਸਹਿਯੋਗ ਮਿਲਿਆ ਸੀਗਾ, ਅਸੀਂ ਗਏ ਸੀ ਇਹਨਾਂ ਕੋਲ, ਸਾਨੂੰ ਬਹੁਤ ਮਤਲਬ ਖੁਸ਼ੀ ਨਾਲ ਮਿਲੇ, ਇਹਨਾਂ ਨੇ ਸਾਨੂੰ ਫਾਈਨੈਂਸ਼ਲੀ ਏਡ ਵੀ ਦਿੱਤੀ, ਉਹਦੇ ਨਾਲ ਹੀ ਸਾਰਾ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ। ਮੈਂ ਅੱਜ SDM ਸਾਹਿਬ ਨੂੰ ਵੀ ਬੁਲਾਇਆ ਸੀਗਾ, ਪਰ ਸਡਨਲੀ ਇੱਕ ਮੀਟਿੰਗ ਆਉਣ ਕਰਕੇ ਉਹਨਾਂ ਨੂੰ ਉਹ ਗੈਰ ਹਾਜ਼ਰ ਹੋ ਗਏ। ਚਲੋ ਕੋਈ ਨਹੀਂ, ਅਗਲੇ ਫਿਰ ਰੱਖ ਲਵਾਂਗੇ ਅਸੀਂ ਪ੍ਰੋਗਰਾਮ, ਉਹਨਾਂ ਤੋਂ ਬੂਟਾ ਲਵਾ ਲਾਂਗੇ। ਅਤੇ DSP ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ, ਜਿਹਨਾਂ ਨੇ ਮੇਰੇ ਕਹਿਣ 'ਤੇ ਇੱਥੇ ਅੱਜ ਹਾਜ਼ਰ ਹੋਏ ਆ, ਅਤੇ ਮੁਲਤਾਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਇੱਕ ਸਨੇਹ 'ਤੇ ਇਹਨਾਂ ਨੇ ਸਾਨੂੰ ਕਿਹਾ ਕੋਈ ਗੱਲ ਨਹੀਂ ਮੈਂ ਜ਼ਰੂਰ ਆਵਾਂਗਾ। ਮੈਂ ਸਾਰਿਆਂ ਦਾ ਧੰਨਵਾਦੀ, ਆਪਣੀ ਟੀਮ ਦਾ ਧੰਨਵਾਦੀ ਹਾਂ, SMO ਸਾਹਿਬ ਜਿਹੜੇ ਸਾਡੇ ਮੇਰੇ ਮਤਲਬ ਛੋਟੇ ਭਰਾ ਕਹਿ ਲਓ ਜੀ, ਫਾਦਰ ਸਾਹਿਬ ਨਾਲ ਬਹੁਤ ਪਿਆਰ ਸੀ ਮੇਰਾ ਇਹਨਾਂ ਦਾ, ਘਰੇਲੂ ਰਿਲੇਸ਼ਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਹ ਜਿਹੜੀ ਅਸੀਂ ਕਰ ਰਹੇ ਹਾਂ ਉਪਰਾਲਾ, ਇਨਵਾਇਰਮੈਂਟ ਨੂੰ, ਪਾਣੀ ਸੇਵ ਕਰ ਲਓ, ਟ੍ਰੀ ਲਗਾਓ, ਪਾਣੀ ਬਚਾਓ, ਲੋਕਾਂ ਦੀ ਸਿਹਤ ਦਾ ਖਿਆਲ ਰੱਖੋ, ਸਿਹਤ ਬਣਾਓ। ਮੈਂ ਇਸੇ ਨਾਲ ਸਾਰੇ ਧੰਨਵਾਦ ਕਰਦਾ, ਜੈ ਹਿੰਦ। ਮੌਕੇ 'ਤੇ ਮੌਜੂਦ ਮੁਲਤਾਨੀ ਸਾਹਿਬ, ਗੁਪਤਾ ਜੀ, ਹੋਰ ਜਿੱਦਾਂ ਰਿਸਪੈਕਟਡ ਪਰਸਨ ਮੁਕੇਰੀਆਂ ਦੇ ਹੈਗੇ, ਸਾਰਿਆਂ ਦਾ ਬਹੁਤ ਧੰਨਵਾਦੀ ਆ। ਗੁਪਤਾ ਜੀ ਮੇਰੇ ਪੁਰਾਣੇ ਨੌਂ ਆ, ਅਸੀਂ ਇਕੱਠਿਆਂ ਨੌਕਰੀ ਵੀ ਕੀਤੀ ਆ, ਹੁਣੇ ਰਿਟਾਇਰ ਹੋ ਕੇ ਸਮਾਜ ਸੇਵਾ ਦੇ ਵਿੱਚ ਕੰਮ ਕਰ ਰਹੇ ਹਾਂ। ਇਹਨੇ ਮਿਸ਼ਨ ਗ੍ਰੀਨ ਦੇ ਤਹਿਤ ਇੱਥੇ ਜਿਹੜਾ ਪਾਰਕ ਹੈ ਇਹਦੇ ਵਿੱਚ ਪੌਦੇ ਲਗਾਏ ਆ। ਮੈਨੂੰ ਇੱਕ ਹੋਰ ਖੁਸ਼ੀ ਆ ਵੀ ਜਿਹੜੇ ਪਾਰਕ 'ਚ ਖੜ੍ਹੇ ਆ, ਇੱਥੇ ਨਜਾਇਜ਼ ਕਬਜ਼ਾ ਕੀਤਾ ਸੀ ਜਦੋਂ ਮੈਂ SHO ਸੀਗਾ, ਮੈਂ ਆਹ ਜਿਹੜਾ ਆ ਨਜਾਇਜ਼ ਕਬਜ਼ਾ ਫੌਜ ਤੋਂ ਦਵਾ ਕੇ ਗਿਆ ਸੀ, ਛਡਾ ਕੇ ਉਹਨਾਂ, ਨਹੀਂ ਤਾਂ ਇੱਥੇ 15-16 ਪਰਿਵਾਰਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ, ਫੌਜ ਦੀ ਪੈਲੀ ਸੀ, ਤਾਂ ਇਹਨੂੰ ਛੱਡਦੇ ਨਹੀਂ ਸੀ। ਉਦੋਂ ਮੇਰੀ SHO ਸ਼ਿਪ ਦੇ ਵਿੱਚ ਹੀ ਫੌਜ ਦੇ ਹੈਂਡਓਵਰ ਮੈਂ ਕੀਤਾ ਸੀ। ਮੈਂ ਗੁਪਤਾ ਜੀ ਦਾ ਧੰਨਵਾਦੀ ਹਾਂ, ਮੁਲਤਾਨੀ।